ਜਿੱਥੇ ਵੀ ਕਿਤੇ ਸਿੱਖ ਦੇ ਉੱਤੇ ਸਿੱਖ ਹੋਣ ਕਰਕੇ ਅਤੇ ਉਹਦੇ ਵੱਲੋਂ ਧਰਮ ਦੀ ਖਾਤਰ ਕੌਮ ਦੀ ਖਾਤਰ ਚੁੱਕੇ ਕਦਮ ਕਰਕੇ ਕਿਸੇ ਵੀ ਤਰ੍ਹਾਂ ਦਾ ਕੋਈ ਜ਼ਬਰ ਹੁੰਦਾ ਹੈ, ਸਰਕਾਰਾਂ ਜ਼ਬਰ ਕਰਦੀਆਂ ਨੇ, ਉੱਥੇ ਸਿੱਖ ਪੰਥ ਨੂੰ ਇਕੱਠਿਆ ਹੋਣਾ ਚਾਹੀਦਾ, ਇੱਕ ਮੁੱਠ ਹੋਣਾ ਚਾਹੀਦਾ। ਔਰ ਸਾਲ ਹੋ ਚੱਲਿਆ ਹੈ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਜਿਹੜੇ ਨੇ, ਜਿਨ੍ਹਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ 'ਚ NSA ਦੇ ਅਧੀਨ ਬੰਦ ਕੀਤਾ ਗਿਆ, ਔਰ NSA ਤੁਸੀਂ ਲਾਤੀ, ਕੀ NSA ਲਾਉਣ ਵਾਲੇ ਨੂੰ ਡਿਬਰੂਗੜ੍ਹ ਸੁੱਟਣਾ ਜ਼ਰੂਰੀ? ਕੀ ਪੰਜਾਬ 'ਚ NSA ਵਾਲੇ ਬੰਦ ਨਹੀਂ ਕੀਤੇ ਜਾ ਸਕਦੇ? ਇੱਕ ਤਾਂ ਸਰਕਾਰ ਇਹ ਸਪਸ਼ਟ ਕਰਦੇ। ਦੂਜੀ ਗੱਲ ਜਿਹੜੀ ਹੈ, ਪਰਿਵਾਰ ਦੀ ਜਾਂ ਪੰਥ ਦੀ ਜਾਂ ਜਿਹੜੇ ਵੀ ਇਸ ਰੋਸ ਧਰਨੇ ਵਿੱਚ ਸ਼ਾਮਿਲ ਹੋ ਰਹੇ ਨੇ, ਸਾਰਿਆਂ ਦੀ ਇੱਕੋ ਮੰਗ ਹੈ ਕਿ ਭਾਈ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰ ਦਿਓ, ਕੇਸ ਚਲਾਉਣਾ ਜੰਮ ਜੰਮ ਕੇ ਚਲਾ ਲਓ, ਇਹ ਤਾਂ ਕੋਈ ਵੱਡੀ ਮੰਗ ਨਹੀਂ ਗੀ। ਇਹਦੇ ਬਾਵਜੂਦ ਵੀ ਜੇ ਤੁਸੀਂ ਨਹੀਂ ਮੰਨਦੇ, ਇਹਦਾ ਮਤਲਬ ਹੈ ਤੁਸੀਂ ਸਿੱਖਾਂ ਨੂੰ ਜਲੀਲ ਕਰਨਾ ਚਾਹੁੰਦੇ, ਭਾਵੇਂ ਉਸ ਪੱਖੋਂ ਪਹਿਲਾਂ ਵੀ ਕਸਰ ਕੋਈ ਨਹੀਂ, ਪਰ ਤੁਸੀਂ ਅਜਿਹਾ ਨਾ ਮੰਨ ਕੇ ਕੀ ਮਹਿਸੂਸ ਕਰਾਉਣਾ ਚਾਹੁੰਦੇ? ਅਤੇ ਜੇ ਤੁਸੀਂ ਇਹ ਮੰਗ ਮੰਨ ਲਓਗੇ, ਪੰਜਾਬ ਤਬਦੀਲ ਕਰ ਦਿੱਤਾ ਜਾਵੇ ਜੇਲ੍ਹ ਦੇ ਵਿੱਚ, ਫਿਰ ਤੁਹਾਡਾ ਕੀ ਵਿਗੜ ਜੂਗਾ? ਸਪਸ਼ਟ ਕਰ ਦਿਓ ਲੋਕਾਂ ਨੂੰ, ਠੀਕ ਹੈ ਨਾ। ਡਿਬਰੂਗੜ੍ਹ 3000 ਕਿਲੋਮੀਟਰ ਦੇ ਉੱਤੇ ਤੁਸੀਂ ਬੰਦ ਕੀਤਾ ਹੋਇਆ ਆ, ਇਸ ਕਰਕੇ ਜਿਹੜਾ ਆ ਜਿੱਥੇ ਵੀ ਕਿਤੇ ਜਾਤੀ ਹੋਊ ਔਰ ਕਿਸੇ ਸਿੱਖ ਦੇ ਨਾਲ, ਉਹਦੇ ਸਿੱਖ ਹੋਣ ਕਰਕੇ, ਉਹਦੇ ਪੰਥਕ ਹੋਣ ਕਰਕੇ ਔਰ ਧਰਮ ਦੇ ਲਈ ਚੁੱਕੇ ਕਦਮ ਕਰਕੇ, ਉੱਥੇ ਜਿਹੜਾ ਹੈ ਮੇਰੇ ਵਰਗੇ ਔਰ ਜਿਹੜੇ ਪੰਥਕ ਲੋਕ ਨੇ, ਉਹ ਜ਼ਰੂਰ ਉਸ ਸੰਘਰਸ਼ ਦਾ, ਉਹਨਾਂ ਧਰਨਿਆਂ ਦਾ, ਉਸ ਆਵਾਜ਼ ਦਾ ਹਿੱਸਾ ਬਣਨਗੇ ਅਤੇ ਬਣਦੇ ਰਹਿਣਗੇ। ਸਰ, ਇੱਕ ਹੋਰ ਸਵਾਲ ਹੈ ਕਿ ਉਹਨਾਂ ਨੇ ਕਿਹਾ ਕਿ 21 ਦਿਨਾਂ ਦੇ ਜਿਹੜਾ ਹੈ ਕਿ ਉਹਨਾਂ ਨਾਲ ਮੀਟਿੰਗ ਹੋਈ ਪਰਿਵਾਰਕ ਮੈਂਬਰਾਂ ਦੀ, ਉੱਥੇ ਜਿਹੜੇ 21 ਦਿਨਾਂ 'ਚ ਦਾ ਹੱਲ ਕੱਢਣ ਦੀ ਗੱਲ ਕਹਿ ਰਹੇ ਨੇ, ਉਹ ਤਾਂ ਪਰਿਵਾਰ ਦੀ ਮੰਗ ਹੈ ਨਾ ਜੀ। ਹੁਣ ਤਾਂ ਦੇਖੋ ਵੀ 16 ਤਰੀਕ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਜਿਹੜੇ ਨੇ ਉਹ ਜੇਲ੍ਹ ਦੇ ਅੰਦਰ ਭੁੱਖ ਹੜਤਾਲ 'ਤੇ, ਔਰ ਦੂਸਰੇ ਬੰਨੇ ਪਰਿਵਾਰਾਂ ਨੇ ਵੀ ਭੁੱਖ ਹੜਤਾਲ ਸ਼ੁਰੂ ਕਰਤੀ। ਅਤੇ ਜੇ ਹੁਣ ਤੁਸੀਂ ਦੇਖੋ ਲਗਭਗ 2 ਹਫ਼ਤੇ ਹੋ ਚੱਲੇ ਹੈ, ਤਾਂ ਸਰੀਰ ਦੀ ਸਮਰੱਥਾ ਕਿੰਨੀ ਕੁ ਹੁੰਦੀ? ਤਾਂ ਸਰਕਾਰਾਂ 'ਤੇ ਅਸਰ ਹੀ ਕੋਈ ਨਹੀਂ ਹੈ। ਹਾਂਜੀ, ਉਹ ਜਿਹੜਾ ਆ ਬੜਾ ਸੀਰੀਅਸ ਮੈਟਰ ਆ, ਇਹਨੂੰ ਸੀਰੀਅਸ ਹੋ ਕੇ ਗੰਭੀਰਤਾ ਨਾਲ ਜਿਹੜੀਆਂ ਸਰਕਾਰਾਂ ਨੇ, ਖਾਸ ਕਰਕੇ ਜਿਹੜੀਆਂ ਏਜੰਸੀਆਂ ਨੇ ਜਿਹੜੀਆਂ ਇਸ ਕੇਸ ਨੂੰ ਡੀਲ ਕਰ ਰਹੀਆਂ ਨੇ, ਉਹਨਾਂ ਨੂੰ ਸਿੱਖ ਭਾਵਨਾਵਾਂ ਦੇ ਅਨੁਸਾਰ ਵੀ ਅਤੇ ਮਨੁੱਖਤਾ ਨੂੰ ਮੱਦੇਨਜ਼ਰ ਰੱਖਦਿਆਂ ਹੋਏ ਇਹ ਕਦਮ ਜਿਹੜਾ ਆ ਚੁੱਕਣਾ ਚਾਹੀਦਾ। ਸਾਨੂੰ ਉੱਥੇ ਜਥੇਬੰਦੀਆਂ ਨੂੰ ਅੱਜ ਕੀ ਕਿਹਾ ਗਿਆ, ਖਾਸ ਤੌਰ 'ਤੇ ਕੀ ਤੁਹਾਨੂੰ ਕੀ ਲੈ ਕੇ ਤੁਸੀਂ ਦੇ ਤੋਂ ਕੰਮ ਕਰੋ? ਨਹੀਂ, ਉਹ ਤਾਂ ਸਾਰਿਆਂ ਦੀ ਜੀ ਪਰਿਵਾਰ ਦੀ ਜਾਂ ਜਿਹੜੇ ਵੀ ਪ੍ਰਬੰਧਕ ਨੇ ਉਹਨਾਂ ਦੀ ਇੱਕੋ ਮੰਗ ਹੀ ਹੈ ਕਿ ਪੰਥ ਜਿਹੜਾ ਆ ਡਟ ਕੇ ਸਾਥ ਦੇਵੇ, ਡਟ ਕੇ ਆਵਾਜ਼ ਉਠਾਵੇ। ਔਰ ਕਿਉਂਕਿ ਮੈਂ ਸਤਸੁਖਵੀਰ ਸਿੰਘ ਬਾਦਲ ਹੋਰਾਂ ਨਾਲ ਇਸ ਵਿਚਾਰ ਵਟਾਂਦਰਾ ਕਰਕੇ ਹੀ ਇੱਥੇ ਆਇਆ ਸੀ, ਉਹਨਾਂ ਨੇ ਕਿਹਾ ਸੀਗਾ ਕਿ ਪਰਿਵਾਰ ਨੂੰ ਵੀ ਜਾਂ ਉੱਥੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਵੀ ਵਿਸ਼ਵਾਸ ਜ਼ਰੂਰ ਦਿਵਾਉਣਾ
ਕਿ ਅਸੀਂ ਉਹਨਾਂ ਦੇ ਨਾਲ ਆ ਸਾਰੇ। ਇਸ ਕਰਕੇ ਜਿਹੜਾ ਆ ਮੇਰੇ ਤਾਂ ਇਹੀ ਬੇਨਤੀ ਹੈ ਕਿ ਭਾਈ ਇੱਕਜੁੱਟ ਹੋਵੋ, ਇੱਕ ਮਤ ਹੋਵੋ, ਆਪਸੀ ਈਰਖਾ ਛੱਡ ਕੇ, ਆਪਸੀ ਦਵੈਸ਼ ਛੱਡ ਕੇ, ਜਿਹਦਾ ਫਾਇਦਾ ਵਿਰੋਧੀ ਉਠਾਉਂਦੇ ਨੇ ਉਹਦੇ ਤੋਂ ਬਚੋ। ਨਹੀਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ, ਗਲਤ ਅਗਲਿਆਂ 'ਤੇ ਅਸਰ ਨਹੀਂ ਹੈ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜੇ ਫੋਨ 'ਤੇ ਟਾਈਮ ਮੰਗਦਾ ਸੀਗਾ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਤੁਰਤ ਟਾਈਮ ਦਿੰਦੇ ਸੀ। ਹੁਣ ਮੇਰਾ ਖਿਆਲ ਹੈ ਕਿ ਵਾਰ ਵਾਰ ਚਿੱਠੀਆਂ ਲਿਖੀਆਂ, ਗਿਣਤੀ ਕੋਈ ਨਹੀਂ, ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਕੋਈ ਟਾਈਮ ਹੀ ਨਹੀਂ ਦਿੰਦਾ। ਈਵਨ ਕਿ ਜਿਹੜਾ ਇੱਕ ਛੋਟਾ ਜਿਹਾ ਮੁੱਖ ਮੰਤਰੀ ਹੈ ਕੇਜਰੀਵਾਲ, ਉਹਨੇ ਵੀ ਜਿਸ ਤਰ੍ਹਾਂ ਦਾ ਵਿਹਾਰ ਕੀਤਾ ਆ, ਗੇਟ 'ਤੇ ਚਲੇ ਗਿਆ ਉਹਨੂੰ ਮੋੜਿਆ ਵਾਪਸ, ਗੇਟ ਵੀ ਨਹੀਂ ਖੋਲਿਆ। ਉੱਥੇ ਕੀ ਕਰੋਗੇ ਤੁਸੀਂ ਇਹਨਾਂ ਲੋਕਾਂ ਦੀ ਸੋਚ ਦਾ? ਸਰ, ਤੁਸੀਂ ਇਹ ਦੌਰ ਦੇਖਿਆ ਕਿੰਨਾ ਔਖਾ ਕਿ NSA ਨੂੰ ਇੱਕ ਸਾਲ ਇੱਥੇ ਪੰਜਾਬ ਦੀ ਜੇਲ੍ਹ 'ਚ ਸ਼ਿਫਟ ਕਰਨਾ? ਨਹੀਂ ਨਹੀਂ, ਮੈਂ ਤਾਂ ਦੇਖੋ NSA, ਮੈਂ 3 ਸਾਲ NSA ਕੱਟੀ, ਜਦੋਂ ਪਹਿਲੀ ਕੱਟੀ ਸੀ ਉਦੋਂ 2 ਸਾਲ ਦੀ ਹੁੰਦੀ ਸੀ, ਜੋ ਦੂਜੀ ਵਾਰ ਮੇਰੇ 'ਤੇ ਲੱਗੀ ਸੀ 92 ਦੇ ਵਿੱਚ ਸਟਾਰਟਿੰਗ 'ਚ, ਉਹ 1 ਸਾਲ ਦੀ ਸੀ। ਜਿਹੜੀ ਪਹਿਲੀ ਸੀ ਉਹ ਤਾਂ ਚਲੋ ਮੈਂ ਜੋਧਪੁਰ ਜੇਲ੍ਹ 'ਚ ਕੱਟੀ ਸੀ, ਜਿਹੜੀ ਦੂਜੀ ਸੀਗੀ ਉਹ ਮੈਂ ਅੰਮ੍ਰਿਤਸਰ ਜੇਲ੍ਹ 'ਚ ਕੱਟੀ ਸੀ। ਇਹ ਤਾਂ ਹੈ ਨਹੀਂ ਗਾ ਕਿ NSA ਹੈ ਅਤੇ ਉਹਨੂੰ ਪੰਜਾਬੋਂ ਬਾਹਰ ਹੀ ਸੁੱਟਣਾ ਕੋਈ ਜ਼ਰੂਰੀ ਹੈ, ਇਹ ਕੋਈ ਕਾਨੂੰਨ ਕਹਿੰਦਾ ਆ, ਅਜਿਹਾ ਨਹੀਂ। ਤੁਸੀਂ NSA ਲਾਈ ਹੈ, ਪੰਜਾਬ ਦੀ ਜੇਲ੍ਹ 'ਚ ਕਿਸੇ 'ਚ ਵੀ ਰੱਖ ਸਕਦੇ ਜੀ? ਇਹ ਤਾਂ ਫਿਰ ਜਿਹੜੇ ਪ੍ਰਬੰਧਕ ਨੇ, ਜਿਹੜੇ ਆਗੂ ਨੇ ਇਸ ਧਰਨੇ ਦੇ, ਇਸ ਸਭ ਦੇ, ਜੋ ਕਦਮ ਚੁੱਕਣਗੇ ਸਾਰੇ ਨਾਲ, ਕਤਲ ਹੋਇਆ ਹੋਵੇ, ਗੋਲੀ ਨਾਲ ਹੋਇਆ ਹੋਵੇ, ਹਰਿਆਣਾ ਪੁਲਿਸ ਦੀ ਗੋਲੀ ਨਾਲ ਹੋਇਆ ਹੋਵੇ ਅਤੇ ਪੰਜਾਬ ਦਾ ਹੋਵੇ, ਅਤੇ ਪੰਜਾਬ ਸਰਕਾਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਪੰਜਾਬ ਦੇ DGP, ਪੰਜਾਬ ਦੀ ਪੁਲਿਸ ਮੁਕੱਦਮਾ ਇਹਨਾਂ ਦਰਜ ਕਰੇ, ਅਤੇ ਇਹ ਕਹਿਣਾ ਕਿ ਪਹਿਲਾਂ ਪੋਸਟਮਾਰਟਮ ਕਰਵਾ ਲਓ ਅਤੇ ਬਾਅਦ 'ਚ ਮੁਕੱਦਮਾ ਦਰਜ ਕਰਾਂਗੇ, ਇਹ ਛਲਾਵਾ ਸੀ। ਉਹ ਛਲਾਵੇ ਨੂੰ ਕਿਸਾਨ ਜਥੇਬੰਦੀਆਂ ਸਮਝ ਗਈਆਂ। ਜਿਹੜਾ ਗੋਲੀ ਨਾਲ ਮਰਿਆ ਹੈ, ਜਿਹਦਾ ਕਤਲ ਹੋਇਆ ਹੈ, ਉਹਦਾ ਜਦ ਤੱਕ 302 ਦਾ ਮੁਕੱਦਮਾ ਦਰਜ ਨਹੀਂ ਹੁੰਦਾ, ਉਹਦਾ ਪੋਸਟਮਾਰਟਮ ਕਾਨੂੰਨ ਤੌਰ 'ਤੇ ਹੋ ਹੀ ਨਹੀਂ ਸਕਦਾ। ਦੂਸਰੇ ਪਾਸੇ ਤੁਸੀਂ ਦੇਖੋ, ਸੈਂਕੜੇ ਨੌਜਵਾਨ ਆ ਜਿਹੜੇ ਜ਼ਖਮੀ ਹੋਏ, ਕਿਸੇ ਦੀਆਂ ਲੱਤਾਂ ਟੁੱਟ ਗਈਆਂ, ਕਿਸੇ ਦੀ ਲੱਤ 'ਚ ਗੋਲੀ ਵੱਜੀ ਹੈ, ਕਿਸੇ ਦੀ ਬਾਂਹ 'ਚ ਵੱਜੀ ਹੈ, ਕਿਸੇ ਦੀਆਂ ਅੱਖਾਂ 'ਚ ਰਹਿ ਗਈਆਂ, ਅਤੇ ਬੰਦੇ ਸਾਰੇ ਹਸਪਤਾਲਾਂ 'ਚ ਦਾਖਲ ਹੈ, ਜੋ ਮੇਰੇ ਕੋਲ ਰਿਪੋਰਟ ਕਿ ਕਿਸੇ ਦੇ ਸ਼ਰੇ ਵੀ ਨਹੀਂ ਕੱਢੇ ਜਾ ਰਹੇ, ਕਿਉਂਕਿ ਕੱਢ ਨਹੀਂ ਸਕਦੇ, MLR ਕੱਟਣੀ ਪੈਣੀ ਹੈ। ਹੁਣ MLR ਤੱਕ ਕੱਟੀ ਨਹੀਂ ਜਾ ਰਹੀ, ਜੇ MLR ਨਹੀਂ ਕੱਟੀ ਜਾਊਗੀ, ਹਾਂਜੀ, ਜਿਹੜੀ ਮੈਡੀਕਲ ਲੀਗਲ ਰਿਪੋਰਟ ਹੈ ਜਿਹਨੂੰ ਆਪਾਂ ਨਤੀਜਾ ਕਹਿ ਦਿੰਦੇ ਹਾਂ, ਫਿਰ ਪਰਚਾ ਕਿਵੇਂ ਕੱਟਿਆ ਜਾਊਗਾ? 307 ਦੇ ਮੁਕੱਦਮੇ ਜਿਹੜੇ ਇੰਨੇ ਜ਼ਖਮੀ ਹੈ, ਚਾਹੇ ਪ੍ਰੀਤਪਾਲ ਸਿੰਘ ਹੈ, ਚਾਹੇ ਹੋਰ ਨੇ ਜਿਹੜੇ PGI ਨੇ, ਹੋਰ ਹਸਪਤਾਲਾਂ 'ਚ ਨੇ, ਉਹਨਾਂ ਦੇ ਕਦੀ ਕਿਸੇ ਨੇ ਬਿਆਨ ਲਏ? ਹਾਂਜੀ, ਤੁਸੀਂ ਬਿਆਨ ਲਓ, ਬਿਆਨ ਲੈ ਕੇ ਮੁਕੱਦਮੇ ਦਰਜ ਕਰੋ, ਪਰ ਨਹੀਂ ਕਰਨਾ ਚਾਹੁੰਦੇ, ਕਿਉਂਕਿ ਹਰਿਆਣਾ ਕੇਜਰੀਵਾਲ ਦਾ ਸੂਬਾ ਹੈ, ਹਰਿਆਣਾ ਜਿਹੜਾ ਆ ਉਹ ਕੇਜਰੀਵਾਲ ਉੱਥੋਂ ਦਾ ਰਹਿਣ ਵਾਲਾ ਆ, ਉਹਨਾਂ ਦਾ ਮੈਨੂੰ ਪਤਾ ਕਿ ਪੰਜਾਬੀਆਂ ਨੇ ਹੁਣ ਨਹੀਂ ਮੇਰੇ ਆਖੇ ਲੱਗਣਾ, ਹੁਣ ਨਹੀਂ ਮੇਰੇ ਝੂਠ 'ਚ ਫਸਣਾ, ਅਤੇ ਕਹਿੰਦਾ ਕਿ ਮੈਂ ਹਰਿਆਣੇ ਨਾਲ ਖੜੂਤਾ ਜੀ। ਅੱਜ ਜੇ ਭਗਵੰਤ ਮਾਨ ਕਿਸੇ ਵੀ ਤਰ੍ਹਾਂ ਦੀ
ਹਰਿਆਣੇ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਤੇ ਹਰਿਆਣਾ ਪੁਲਿਸ ਤੇ DGP ਤੇ ਕਾਰਵਾਈ ਨਹੀਂ ਕਰਦਾ, ਉਹਦੇ ਪਿੱਛੇ ਕੇਵਲ ਤੇ ਕੇਵਲ ਕੇਜਰੀਵਾਲ ਦੇ ਆਦੇਸ਼ ਆ ਕਿ ਹਰਿਆਣੇ ਦੇ ਉੱਤੇ ਕਾਰਵਾਈ ਨਹੀਂ ਕਰਦਾ।